ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ, ਲੈ ਕੇ ਹਾਜ਼ਰ ਹਾਂ ਪੰਜਾਬ ਕੀ ਬਾਤ। ਅਤੇ ਇਸ ਵੇਲੇ ਦੀ ਇੱਕ ਅਹਿਮ ਖਬਰ ਆ ਰਹੀ ਹੈ ਜਲਾਲਾਬਾਦ ਤੋਂ, ਜਿੱਥੇ ਕੋਚਿੰਗ ਤੋਂ ਪਰਤ ਰਹੀ ਕੁੜੀ 'ਤੇ ਤੇਜ਼ਾਬ ਦੇ ਨਾਲ ਹਮਲਾ ਹੋਇਆ। ਜੀ ਹਾਂ, ਅਤੇ ਕੁੜੀ ਨੂੰ ਫਰੀਦਕੋਟ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਕਿ ਮਾਮਲਾ ਇੱਕ ਪਾਸੜ ਪਿਆਰ ਦਾ ਹੈ। ਫਿਲਹਾਲ ਕੁੜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੋ ਜਲਾਲਾਬਾਦ 'ਚ ਕੋਚਿੰਗ ਤੋਂ ਪਰਤ ਰਹੀ ਕੁੜੀ 'ਤੇ ਤੇਜ਼ਾਬ ਦੇ ਨਾਲ ਹਮਲਾ ਹੋਇਆ ਹੈ। ਕੁੜੀ ਨੂੰ ਫਰੀਦਕੋਟ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਹੈ। ਅਤੇ ਜੋ ਸ਼ੁਰੂਆਤੀ ਜਾਣਕਾਰੀ ਮਿਲੀ ਹੈ, ਉਸ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਸੜ ਪਿਆਰ ਦਾ ਮਾਮਲਾ ਹੈ, ਜਿਸ ਦੇ ਵਿੱਚ ਨੌਜਵਾਨ ਵੱਲੋਂ ਕੁੜੀ 'ਤੇ ਹਮਲਾ ਕੀਤਾ ਗਿਆ ਹੈ ਅਤੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਸਾਨੂੰ ਖਬਰ ਮਿਲੀ ਹੈ ਕਿ ਇੱਕ ਕੁੜੀ ਦੇ ਉੱਪਰ ਕਿਸੇ ਨੇ ਤੇਜ਼ਾਬ ਸਿੱਟਾ ਅਤੇ ਦੋ ਲੜਕਿਆਂ ਦੀ ਸੁਣਨ 'ਚ ਆ ਰਿਹਾ ਕਿ ਉਹਨਾਂ ਨੇ ਸਿੱਟਿਆ ਅਤੇ ਵੀ ਹੈਵ ਸੈਂਡ ਦਾ ਪੁਲਿਸ ਪਾਰਟੀ ਅਤੇ ਵਿਲ ਬੀ ਟੇਕਿੰਗ ਈਚ ਐਂਡ ਐਵਰੀ ਪੋਸੀਬਲ ਕਲੀਅਰ ਐਕਸ਼ਨ ਐਂਡ ਵਿਲ ਨੋਟ ਅਲਾਓ ਦੈਮ ਟੂ ਗੋ ਅਵੇ। ਸੋ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਨਾਲ ਸਾਡੇ ਸਹਿਯੋਗੀ ਸੁਨੀਲ ਨਾਗਪਾਲ ਜੁੜ ਗਏ ਨੇ। ਜੀ ਸੁਨੀਲ, ਕਿੰਨੇ ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਕੌਣ ਨੇ ਮੁਲਜ਼ਮ, ਕੀ ਉਹਨਾਂ ਦੀ ਪਛਾਣ ਹੋ ਗਈ ਹੈ? ਬਿਲਕੁਲ ਗੁਰਪ੍ਰੀਤ, ਇਹ ਜਲਾਲਾਬਾਦ ਦੀ ਘਟਨਾ, ਜਿਹੜੇ ਸੂਬੇ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਧਾਨ ਸਭਾ ਹਲਕਾ ਔਰ ਇੱਥੇ ਜਿਹੜਾ ਇਹਦੇ ਸੁਰਖੀਆਂ 'ਚ ਰਹਿੰਦਾ ਕਿ ਹੁਣ ਜਿਹੜਾ ਤੇਜ਼ਾਬੀ ਹਮਲਾ ਜਿਹੜਾ ਸਾਹਮਣੇ ਆਇਆ ਔਰ ਜਿਹੜਾ ਮੁੱਖ ਦੋਸ਼ੀ ਆ ਉਹਦਾ ਨਾਮ ਸਾਹਮਣੇ ਆਇਆ ਕਿ ਵਿੱਕੀ ਨਾਮਕ ਮੁੱਖ ਦੋਸ਼ੀ ਆ ਜਿਹੜਾ ਸੁਨਿਆਰੇ ਦਾ ਕੰਮ ਕਰਦਾ ਹੈਗਾ ਔਰ ਕਾਫੀ ਦੇਰ ਤੋਂ ਜਿਹੜਾ ਇਹ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਸੀਗਾ ਔਰ ਲੜਕੀ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਲੜਕੇ ਦੇ ਪਰਿਵਾਰਕ ਮੈਂਬਰਾਂ ਨਾਲ ਪਹਿਲਾਂ ਕਈ ਵਾਰ ਸੁਲਾਹ ਵੀ ਹੋਈ ਹੈ ਕਿ ਜਿਹੜਾ ਆਪਣੇ ਲੜਕੇ ਨੂੰ ਜਿਹੜਾ ਸਮਝਾਓ ਰਹਿੰਦੇ, ਉਸ ਤੋਂ ਬਾਅਦ ਉਸ ਦੇ ਬਾਵਜੂਦ ਵੀ ਇਹ ਬਾਜ ਨਹੀਂ ਆਇਆ ਔਰ ਉਹਨੇ ਜਿਹੜਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ। ਲੇਕਿਨ ਲੜਕੀ ਦੀ ਹਾਲਤ ਨਾਜ਼ੁਕ ਸੀ ਔਰ ਉਹਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਪੁਲਿਸ ਫਿਲਹਾਲ ਕਾਰਵਾਈ ਕਰ ਰਹੀ ਹੈ ਔਰ ਪੁਲਿਸ ਨੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਰਿਹਾ, ਮੁੱਖ ਦੋਸ਼ੀ ਵੀ ਗ੍ਰਿਫਤਾਰ ਕਰ ਲਿਆ ਔਰ ਉਹਨੂੰ ਅੱਜ ਜਿਹੜਾ ਕੋਰਟ ਦੇ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਜੀ ਸੁਨੀਲ, ਜਿਸ ਤਰ੍ਹਾਂ ਨਾਲ ਤੁਸੀਂ ਦੱਸਿਆ ਕਿ ਕੁੜੀ ਦੇ ਘਰਦਿਆਂ ਨੇ ਮੁੰਡੇ ਦੇ ਘਰ ਦੇ ਕੋਲ ਸ਼ਿਕਾਇਤ ਵੀ ਕੀਤੀ ਸੀ ਕਿ ਉਹ ਪਹਿਲਾਂ ਵੀ ਅਜਿਹੀਆਂ ਹਰਕਤਾਂ ਕਰ ਰਿਹਾ ਸੀ, ਕਿ ਉਹਨਾਂ ਨੇ ਇਸ ਤੋਂ ਪਹਿਲਾਂ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਇਸ ਲੜਕੇ ਦੀਆਂ ਹਰਕਤਾਂ ਦੀ? ਨਹੀਂ, ਕਿਉਂਕਿ ਪਹਿਲਾਂ ਜਿਹੜਾ ਮਾਮਲਾ ਸੀਗਾ ਕਾਫੀ ਸੀਰੀਅਸ ਨਹੀਂ ਸੀਗਾ, ਸਿਰਫ ਇੰਨਾ ਹੀ ਸੀਗਾ ਕਿ ਲੜਕੀ ਨੂੰ ਪਰੇਸ਼ਾਨ ਕਰਨਾ ਜਿਹੜਾ ਉਹ ਲੜਕੇ ਦਾ ਮਕਸਦ ਸੀਗਾ, ਉਹ ਕਾਫੀ ਪਰੇਸ਼ਾਨ ਕਰ ਰਿਹਾ ਸੀ ਔਰ ਉਹਨੂੰ ਲੈ ਕੇ ਜਿਹੜਾ ਦੋਵਾਂ ਪਰਿਵਾਰਾਂ ਦੇ ਵਿੱਚ ਜਿਹੜੀ ਗੱਲਬਾਤ ਹੋਈ ਸੀ ਔਰ ਲੜਕੇ ਨੂੰ ਸਮਝਾਉਣ ਦੀ ਗੱਲ ਹੋਈ ਸੀ, ਕਾਫੀ ਵਿਸ਼ਵਾਸ ਆਸ਼ਵਾਸਨ ਲੜਕੀ ਦੇ ਫੈਮਿਲੀ ਨੂੰ ਮਿਲਿਆ ਸੀਗਾ, ਪਰ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇਗਾ ਇਹ ਕਿਸੇ ਨੇ ਸੋਚਿਆ ਨਹੀਂ ਸੀਗਾ। ਤੇ ਸੁਨੀਲ, ਜਿਹੜਾ ਦੂਸਰਾ ਮੁਲਜ਼ਮ ਗ੍ਰਿਫਤਾਰ ਹੋਇਆ ਉਹ ਕੌਣ ਹੈ, ਉਸ ਦੀ ਪਛਾਣ ਹੋਈ ਹੈ? ਬਿਲਕੁਲ, ਦੂਜੇ ਮੁਲਜ਼ਮ ਦਾ ਨਾਮ ਹੈਗਾ ਸਾਗਰ ਹੈਗਾ, ਉਹ ਜਿਹੜਾ ਵਿੱਕੀ ਕੋਲ ਸੁਨਿਆਰੇ ਕੋਲ ਕੰਮ ਕਰਦਾ, ਜਿਸ ਨੂੰ ਉਹਨੇ ਜਿਹੜਾ ਵਰਤਿਆ ਹੈਗਾ ਔਰ ਉਹਦੇ ਕੋਲੋਂ ਜਿਹੜਾ ਤੇਜ਼ਾਬ ਹੈ ਉਹ ਬਾਈਕ ਤੋਂ ਉਹਨੂੰ ਭੇਜ ਕੇ ਉਹ ਲੜਕੀ ਤੇ ਜਿਹੜਾ ਫਿਕਵਾਇਆ ਜੀ। ਜੀ ਸੁਨੀਲ, ਬਹੁਤ ਬਹੁਤ ਸ਼ੁਕਰੀਆ ਇਸ ਪੂਰੀ ਜਾਣਕਾਰੀ ਦੇ ਲਈ। ਸੋ ਕੁੜੀ ਦੇ ਤੇਜ਼ਾਬ ਦੇ ਨਾਲ ਹਮਲਾ ਕੀਤਾ ਗਿਆ, ਇੱਕ ਪਾਸੜ ਪਿਆਰ ਦਾ ਮਾਮਲਾ ਦੱਸਿਆ ਜਾ ਰਿਹਾ। ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਤਸਵੀਰਾਂ 'ਚ ਵੀ ਸਾਹਮਣੇ ਆਇਆ ਕਿ ਮੁਲਜ਼ਮ ਨੂੰ ਲੋਕਾਂ ਨੇ ਵੀ ਮੌਕੇ 'ਤੇ ਫੜ ਲਿਆ ਸੀਗਾ। ਸੋ ਲਗਾਤਾਰ ਤੇਜ਼ਾਬੀ ਹਮਲੇ ਦੀਆਂ ਜੋ ਵਾਰਦਾਤਾਂ ਨੇ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਨੇ, ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਹੋਵੇ। ਭਾਵੇਂ ਸਰਵਉੱਚ ਅਦਾਲਤ ਨੇ ਤੇਜ਼ਾਬੀ ਹਮਲੇ ਰੋਕਣ ਦੇ ਲਈ ਸਖ਼ਤ ਹੁਕਮ ਵੀ ਦਿੱਤੇ ਹੋਏ ਨੇ। ਰੁੱਖ ਅਗਲੀ ਖਬਰ ਦਾ ਕਰਦੇ ਹਾਂ, ਜੋ ਕਿ ਸਿਆਸਤ ਦੇ ਨਾਲ ਜੁੜੀ ਹੋਈ ਹੈ। ਪੰਜਾਬ ਵਿੱਚ CPS ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ 18 CPS ਦੀ ਨਿਯੁਕਤੀ ਰੱਦ ਕਰ ਦਿੱਤੀ ਹੈ, ਜਦਕਿ ਪੰਜਾਬ ਦੇ ਬਾਕੀ 8 CPS ਅਤੇ ਹਰਿਆਣਾ ਦੇ 4 CPS ਦੇ 24 ਅਗਸਤ ਨੂੰ ਅਦਾਲਤ ਫੈਸਲਾ ਸੁਣਾ ਸਕਦੀ ਹੈ।
ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਹੇ CBS ਦੇ ਅਹੁਦੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਅਦਾਲਤ ਨੇ ਪੰਜਾਬ ਦੇ 18 CPS ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਦੇ 20 CPS ਦੀ ਨਿਯੁਕਤੀਆਂ ਨੂੰ ਚੁਣੌਤੀ ਦਿੱਤੀ ਗਈ ਸੀ। 2 CPS ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ, ਇਸ ਲਈ 18 CPS ਦੀ ਨਿਯੁਕਤੀ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਫਾਰ ਦ ਟਾਈਮ ਬੀਇੰਗ ਇਹ ਜਜਮੈਂਟ 18 ਪੇ ਲਾਗੂ ਹੋ ਗਈ। 20 ਲੋਕਾਂ ਕੋ ਹਮਨੇ ਪਾਰਟੀ ਬਣਾਇਆ ਥਾ, ਜਿਨਮੇਂ ਸੇ 2 ਪਹਿਲੇ ਹੀ ਛੋੜ ਚੁੱਕੇ ਹੈ, ਹਟਾਏ ਜਾ ਚੁੱਕੇ ਹੈ, ਸਰਕਾਰ ਕੀ ਤਰਫ ਸੇ ਬਦਲੇ ਜਾ ਚੁੱਕੇ ਹੈ। ਸੋ ਬਾਕੀ ਜੋ 18 ਹੈ ਉਨਕੀ ਅਪਾਇੰਟਮੈਂਟ ਤੁਰੰਤ ਪ੍ਰਭਾਵ ਸੇ ਅਵੈਧ ਡਿਕਲੇਅਰ ਕਰ ਦੀ ਆਨਰੇਬਲ ਹਾਈ ਕੋਰਟ ਨੇ ਔਰ ਦੋਨੋਂ ਪਟੀਸ਼ਨ ਅਲਾਓ ਕਰਦੀ ਹੈ। ਉਧਰ ਪੰਜਾਬ ਸਰਕਾਰ ਵੱਲੋਂ 2 ਮਹੀਨੇ ਪਹਿਲਾਂ ਨਿਯੁਕਤ ਕੀਤੇ ਗਏ ਨਵੇਂ CPS ਤੇ ਅਜੇ ਫੈਸਲਾ ਆਉਣਾ ਹੈ। ਉਧਰ ਹਰਿਆਣਾ ਦੇ 4 ਪਾਰਲੀਮੈਂਟ ਸਕੱਤਰਾਂ ਤੇ ਵੀ ਅਦਾਲਤ 24 ਅਗਸਤ ਨੂੰ ਫੈਸਲਾ ਸੁਣਾ ਸਕਦੀ ਹੈ। ਕਿਰਨ ਦੇ ਨੇ ਉਹਨਾਂ ਦਾ ਮੈਟਰ 24 ਅਗਸਤ ਨੂੰ ਆ ਰਿਹਾ, ਪੰਜਾਬ ਵਾਲਿਆਂ ਦਾ ਵੀ, ਹਰਿਆਣਾ ਵਾਲਿਆਂ ਦਾ ਵੀ। ਉਹ ਜਜਮੈਂਟ 24 ਨੂੰ ਕੋਰਟ ਕੀ ਇਸ ਨੂੰ ਇੰਪਲੀਮੈਂਟ ਕਰਦੀ ਹੈ ਉਹਨਾਂ ਸਾਰਿਆਂ ਦੇ ਉੱਤੇ ਜਾਂ ਸਟੇਟ ਆਫ ਹਰਿਆਣਾ ਜਾਂ ਪੰਜਾਬ ਇਹਦੇ ਉੱਤੇ ਕੋਈ ਟਾਈਮ ਲੈਂਦੀਆਂ ਜਾਂ ਇਸ ਜਜਮੈਂਟ ਨੂੰ ਪੜ੍ਹਨ ਲਈ ਜਾਂ ਆਪਣੀ ਸਬਮਿਸ਼ਨ ਰੇਜ਼ ਕਰਨ ਲਈ, ਇਹ ਬੈਂਚ ਦੇ ਉੱਤੇ ਨਿਰਭਰ ਹੈ। ਪਟੀਸ਼ਨ ਕਰਤਾ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ਕਿ ਕਾਨੂੰਨ ਮੁਤਾਬਕ ਕੁੱਲ ਵਿਧਾਨ ਸਭਾ ਦਾ 15% ਨੂੰ ਹੀ ਕੈਬਨਿਟ ਵਿੱਚ ਥਾਂ ਦਿੱਤੀ ਜਾ ਸਕਦੀ ਹੈ। ਸਰਕਾਰ ਵੱਲੋਂ CPS ਦੀ ਨਿਯੁਕਤੀ ਕਰਕੇ ਉਹਨਾਂ ਨੂੰ ਮੰਤਰੀਆਂ ਵਰਗੀਆਂ ਸਹੂਲਤਾਂ ਦੇਣਾ ਗਲਤ ਹੈ। ਕਿ ਉਸ ਧਾਰਾ ਕੀ ਉਲੰਘਣਾ ਜਿਸ ਵਿੱਚ 15% ਸੇ ਜ਼ਿਆਦਾ ਆਪ ਮੰਤਰੀ ਨਹੀਂ ਬਣਾ ਸਕਤੇ, ਜੇ ਆਪਣੇ ਆਪ ਮੇਂ ਮੰਤਰੀ ਹੈ, ਮੰਤਰੀਓਂ ਕੀ ਪਾਵਰੇ ਇਸਤੇਮਾਲ ਕਰਤੇ ਹੈ, ਉਨਕੀ ਤਰ੍ਹਾਂ ਸਾਰੀਆਂ ਪਾਵਰੇ ਹੈ, ਔਰ ਐਡਮਿਨਿਸਟ੍ਰੇਟਿਵ ਸੈਕਟਰੀ ਸੇ ਜੋ ਫਾਈਲ ਜਾਣੀ ਹੋਤੀ ਹੈ ਮੰਤਰੀ ਕੋ, ਉਹ ਇਨ੍ਹੀਂ ਕੇ ਥਰੂ ਜਾਣੀ, ਯਾਨੀ ਕਿ ਸਟੇਟ ਮਿਨਿਸਟਰ ਕੀ ਤਰ੍ਹਾਂ ਹੀ ਥੇ। ਇਹ ਸਾਰੇ ਜੋ ਪ੍ਰਾਵਧਾਨ ਹੈ ਇਨ ਚੀਜ਼ੋਂ ਕਾ ਮੇਰੇ ਖਿਆਲ ਮੇਂ ਇਨਕੋ ਵੇਟੇਜ ਦੇਤੇ ਹੋਏ ਇਨਕੀ ਅਪਾਇੰਟਮੈਂਟ ਰੱਦ ਕੀ। CPS ਦੀ ਨਿਯੁਕਤੀ ਤੇ ਜਿਸ ਤਰ੍ਹਾਂ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਆਇਆ ਹੈ, ਇਸ ਦਾ ਅਸਰ ਪੰਜਾਬ ਸਰਕਾਰ ਦੇ ਨਾਲ ਦੂਜੇ ਸੂਬਿਆਂ ਤੇ ਵੀ ਵੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਸਕਦੀ ਹੈ। ਚੰਡੀਗੜ੍ਹ ਤੋਂ ਨੇਹਾ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ। ਸੋ CPS ਦੀਆਂ ਨਿਯੁਕਤੀਆਂ ਰੱਦ ਹੋਈਆਂ ਨੇ ਤੇ ਇਹਨਾਂ ਨਿਯੁਕਤੀਆਂ ਦੇ ਰੱਦ ਹੋਣ ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਕਾਨੂੰਨ ਦੀ ਉਲੰਘਣਾ ਕਰਕੇ CPS ਬਣਾਏ ਸਨ। ਉਧਰ ਅਕਾਲੀ ਦਲ ਇਸ ਮਾਮਲੇ ਵਿੱਚ ਆਪਣਾ ਸਪਸ਼ਟੀਕਰਨ ਦੇ ਰਿਹਾ ਹੈ। ਪੰਜਾਬ ਦੇ ਮੁੱਖ ਕਾਰਜਵਾਲੀ ਸਕੱਤਰ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਵੱਡੇ ਫੈਸਲੇ ਤੋਂ ਬਾਅਦ ਹੁਣ ਸਰਕਾਰ ਨਵੇਂ ਸਿਰੇ ਕਿਸ ਤਰ੍ਹਾਂ ਨਾਲ ਰਣਨੀਤੀ ਬਣਾਏਗੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਫਿਲਹਾਲ ਹਾਈਕੋਰਟ ਦਾ ਫੈਸਲਾ ਪੜਿਆ ਨਹੀਂ, ਪਰ ਅਕਾਲੀ ਦਲ ਦੇ ਜਨਰਲ ਸਕੱਤਰ HS ਪੈਂਸ ਦਾ ਕਹਿਣਾ ਹੈ ਕਿ ਉਹ ਅਦਾਲਤ ਦਾ ਫੈਸਲਾ ਪੜਨ ਤੋਂ ਬਾਅਦ ਵਿਚਾਰ ਕਰਨਗੇ ਕਿ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਜਾਂ ਨਹੀਂ। ਅਸੀਂ ਸਾਰਾ ਜਜਮੈਂਟ ਜਿਹੜੀ ਆਏਗੀ ਉਹਨੂੰ ਦੇਖਣ ਤੋਂ ਬਾਅਦ ਜਿਹੜਾ ਹੈਗਾ ਫੈਸਲਾ ਕਰਾਂਗੇ ਕਿ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੇਂਜ ਕਰਨਾ ਔਰ ਕਿਹੜੀਆਂ ਗਰਾਊਂਡਸ 'ਤੇ ਕਰਨਾ ਔਰ ਕਿਸ ਬੇਸਿਸ 'ਤੇ ਆਨਰੇਬਲ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਹੈਗਾ ਉਹ ਸਾਰਾ ਕੁਝ ਦੇਖਾਂਗੇ ਅਤੇ ਉਹ ਤੋਂ ਬਾਅਦ ਫਿਰ ਇਹਦਾ ਫੈਸਲਾ ਲਿਆ ਜਾਏਗਾ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅਦਾਲਤ ਅਜਿਹਾ ਹੀ ਫੈਸਲਾ ਸੁਣਾਏਗੀ। ਕੈਪਟਨ ਨੇ ਕਿਹਾ ਕਿ ਉਹਨਾਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਵੀ CPS ਦਾ ਅਹੁਦਾ ਬਣਾਇਆ ਸੀ ਪਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਗਈ। ਸਿਰਫ ਇੰਨਾ ਹੀ ਨਹੀਂ, ਕੈਪਟਨ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ CPS ਨੂੰ ਵੀ ਹਟਾਇਆ ਜਾਣਾ ਚਾਹੀਦਾ। ਐਕਸਪੈਕਟਡ ਸੀ ਕਿਉਂਕਿ ਕਾਨੂੰਨ ਇਹਨਾਂ ਨੇ ਚੇਂਜ ਨਹੀਂ ਕੀਤਾ, ਕਾਨੂੰਨ ਚੇਂਜ ਕਰਨਾ ਪੈਂਦਾ, ਮੇਰੇ ਵੀ CPS ਸੀ ਲੇਕਿਨ ਅਸੀਂ ਕਾਨੂੰਨ ਦੇ ਮੁਤਾਬਿਕ ਕੀਤਾ, ਇਹਨਾਂ ਨੇ ਗੈਰ ਕਾਨੂੰਨੀ ਕੇਜਰੀਵਾਲ ਦਾ ਵੀ ਹੋਏਗਾ ਤੁਸੀਂ ਦੇਖ ਲੈਣਾ ਉੱਥੇ ਵੀ ਉਹਨਾਂ ਨੂੰ ਹਟਾਉਂਗੇ। ਹਮੇਸ਼ਾ ਮੰਨਦੀ ਹਾਂ ਕਿ ਜਿਹੜਾ ਹਾਈਕੋਰਟ ਦਾ ਫੈਸਲਾ ਹੈ ਉਹਨੂੰ ਹਮੇਸ਼ਾ ਬਹੁਤ ਸੁਪਰੀਮ ਫੈਸਲਾ ਹੈ, ਬੜੇ ਵਿਚਾਰਾਂ ਤੋਂ ਬਾਅਦ ਇੱਕ ਡਿਸੀਜਨ ਲਿੱਤਾ ਗਿਆ ਹੁਣ ਹੈ, ਸੋ ਯੂ ਸ਼ੁੱਡ ਆਲਵੇਜ਼ ਵੈਲਕਮ ਦੈਟ ਡਿਸੀਜਨ। ਮੁੱਖ ਪਾਰਲੀਮਾਨੀ ਸਕੱਤਰ ਨੂੰ ਲੈ ਕੇ ਸੂਬਾ ਸਰਕਾਰ ਕੋਲ ਫਿਲਹਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੁੱਲ੍ਹਾ ਹੈ, ਪਰ ਜਿਸ ਤਰ੍ਹਾਂ ਨਾਲ ਪੰਜਾਬ ਵਿੱਚ ਸਿਆਸੀ ਅਖਾੜਾ ਭਖਿਆ ਹੋਇਆ ਉਸ ਦੌਰਾਨ ਦਿੱਲੀ ਦੇ CPS ਦੇ ਫੈਸਲੇ 'ਤੇ ਵੀ ਪੰਜਾਬ ਦੀਆਂ ਦੋਵੇਂ ਮੁੱਖ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੀਆਂ ਨਜ਼ਰਾਂ।
ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਦਿੱਲੀ ਦੇ ਸੀਪੀਐਸ ਦਾ ਫੈਸਲਾ ਵੀ ਪੰਜਾਬ ਦੀ ਤਰਜ਼ ਤੇ ਹੀ ਆਏਗਾ। ਕਪੂਰਥਲਾ ਤੋਂ ਸੰਦੀਪ ਓਬਰਾਏ ਦੇ ਨਾਲ ਪੁਨੀਤ ਪਰਿੰਜਾ, ਜ਼ੀ ਮੀਡੀਆ, ਚੰਡੀਗੜ੍ਹ। ਤੇ ਹੁਣ ਗੱਲ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ। ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਬੀਜੇਪੀ ਵੱਲੋਂ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ, ਜਿਸ ਦੇ ਵਿੱਚ ਕੈਬਨਿਟ ਮੰਤਰੀ ਅਨਿਲ ਜੋਸ਼ੀ ਸ਼ਾਮਲ ਹੋਣਗੇ। ਤੁਹਾਨੂੰ ਦੱਸ ਦਈਏ ਕਿ ਬੀਜੇਪੀ ਪੂਰੇ ਦੇਸ਼ ਦੇ ਵਿੱਚ ਤਿਰੰਗਾ ਯਾਤਰਾ ਕੱਢ ਰਹੀ ਹੈ। ਬੀਜੇਪੀ ਦੀ ਤਿਰੰਗਾ ਯਾਤਰਾ 23 ਅਗਸਤ ਤੱਕ ਚੱਲੇਗੀ। ਸੋ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਨਾਲ ਸਾਡੇ ਸਹਿਯੋਗੀ ਰਾਜਨ ਗੋਸਾਈ ਜੁੜ ਗਏ ਨੇ ਅੰਮ੍ਰਿਤਸਰ ਤੋਂ। ਜੀ ਰਾਜਨ, ਕਿੰਨੇ ਵਜੇ ਸ਼ੁਰੂ ਹੋਵੇਗੀ ਇਹ ਤਿਰੰਗਾ ਯਾਤਰਾ? ਜੀ ਗੁਰਪ੍ਰੀਤ, ਅੱਜ ਬੀਜੇਪੀ ਵੱਲੋਂ ਪੂਰੇ ਦੇਸ਼ ਦੇ ਵਿੱਚ ਤਿਰੰਗਾ ਯਾਤਰਾ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਏਗੀ, ਜਿਹੜੀ 23 ਅਗਸਤ ਤੱਕ ਚੱਲੇਗੀ। ਔਰ ਅੱਜ ਅੰਮ੍ਰਿਤਸਰ ਦੇ ਵਿੱਚ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਅੱਜ ਇੱਕ ਤਿਰੰਗਾ ਯਾਤਰਾ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ। 2-ਪਹੀਆ ਵਾਹਨਾਂ ਦੇ ਉੱਤੇ ਜਿਹੜੇ ਭਾਜਪਾ ਦੇ ਕਾਰਜਕਰਤਾ ਨੇ ਉਹ ਤਿਰੰਗਾ ਯਾਤਰਾ ਅੱਜ ਕੱਢਣਗੇ। ਕਰੀਬ 11 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਨਹਿਰੂ ਸ਼ੋਪਿੰਗ ਕੰਪਲੈਕਸ ਤੋਂ ਇਹ ਯਾਤਰਾ ਜਿਹੜੀ ਹੈ ਸ਼ੁਰੂ ਹੋਏਗੀ ਔਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਹੁੰਦੇ ਹੋਏ ਦੁਬਾਰਾ ਨਹਿਰੂ ਸ਼ੋਪਿੰਗ ਕੰਪਲੈਕਸ ਦੇ ਵਿੱਚ ਹੀ ਆ ਕੇ ਜਿਹੜੀ ਹੈ ਸੰਪੰਨ ਹੋਏਗੀ। ਗੁਰਪ੍ਰੀਤ ਜੀ, ਰਾਜਨ, ਤੇ ਕੀ ਮਕਸਦ ਦੱਸਿਆ ਜਾ ਰਿਹਾ ਇਸ ਤਿਰੰਗਾ ਯਾਤਰਾ ਦਾ, ਤੇ ਕੀ ਸਿਰਫ ਜਿਹੜੇ ਹਲਕੇ ਦੇ ਲੀਡਰ ਨੇ ਉਹੀ ਸ਼ਾਮਲ ਹੋ ਰਹੇ ਨੇ ਜਾਂ ਪੰਜਾਬ ਦੇ ਬਾਕੀ ਲੀਡਰ ਵੀ ਇੱਕੋ ਥਾਂ ਤੇ ਇਕੱਠੇ ਹੋ ਰਹੇ ਨੇ? ਜੀ ਗੁਰਪ੍ਰੀਤ, ਜੇ ਤਿਰੰਗਾ ਯਾਤਰਾ ਦੀ ਜੇ ਗੱਲ ਕਰੀਏ ਤਾਂ ਮਕਸਦ ਇਹੀ ਹੈ ਕਿ ਆਜ਼ਾਦੀ ਨੂੰ ਜਿਹੜਾ 70 ਸਾਲ ਕਰੀਬ ਕਰੀਬ ਪੂਰੇ ਹੋਣ ਜਾ ਰਹੇ ਨੇ 15 ਅਗਸਤ ਨੂੰ, ਔਰ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਜਿਹੜੇ ਦੇਸ਼ ਦੇ ਸ਼ਹੀਦ ਨੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਇੱਕ ਮੁਹਿੰਮ ਜਿਹੜੀ ਆ ਵਿੱਢੀ ਗਈ ਹੈ, ਔਰ ਲੋਕਾਂ ਦੇ ਵਿੱਚ ਜਿਹੜਾ ਦੇਸ਼ ਪ੍ਰੇਮ ਦੀ ਜਿਹੜੀ ਭਾਵਨਾ ਜਾਗ੍ਰਿਤ ਕਰਨ ਦੇ ਉਦੇਸ਼ ਦੇ ਨਾਲ ਹੀ ਮਕਸਦ ਦੇ ਨਾਲ ਹੀ ਭਾਜਪਾ ਵੱਲੋਂ ਅੱਜ ਜਿਹੜੀ ਯਾਤਰਾ ਕੱਢੀ ਜਾ ਰਹੀ ਹੈ। ਔਰ ਜੇ ਗੱਲ ਕਰੀਏ ਅੱਜ ਅੰਮ੍ਰਿਤਸਰ ਦੇ ਵਿੱਚ ਕੈਬਨਿਟ ਮੰਤਰੀ ਜਿਹੜੇ ਨੇ ਉਹ ਇੱਥੇ ਤਿਰੰਗਾ ਯਾਤਰਾ ਕੱਢ ਰਹੇ ਨੇ। ਇਸ ਤੋਂ ਇਲਾਵਾ ਭਾਜਪਾ ਦੇ ਹੋਰ ਜਿਹੜੇ ਵੱਡੇ ਲੀਡਰ ਨੇ ਉਹ ਵੀ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਅੱਜ ਤਿਰੰਗਾ ਯਾਤਰਾ ਉਹ ਕੱਢਣਗੇ। ਔਰ ਜੇ ਗੱਲ ਕਰੀਏ ਪੂਰੇ ਲੀਡਰਸ਼ਿਪ ਦੀ ਤਾਂ ਲੀਡਰਸ਼ਿਪ ਜਿਹੜੀ ਆ ਆਪੋ ਆਪਣੇ ਜਿਹੜੇ ਉਹਨਾਂ ਦੇ ਵਿਧਾਨ ਸਭਾ ਹਲਕੇ ਨੇ ਉੱਥੇ ਉਹ ਕੱਢਣਗੇ, ਲੇਕਿਨ ਜੇ ਸਾਰੇ ਇੱਕ ਜਗ੍ਹਾ ਹੋ ਕੇ ਨਹੀਂ ਹੈ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਸਭ ਨੂੰ ਹਾਈਕਮਾਂਡ ਵੱਲੋਂ ਇਹੀ ਆਦੇਸ਼ ਜਾਰੀ ਕੀਤੇ ਗਏ ਨੇ ਕਿ ਉਹ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪਣੇ ਆਪਣੇ ਜਿਹੜੇ ਇਲਾਕੇ ਨੇ ਉੱਥੇ ਜਾਣ, ਲੋਕਾਂ ਨੂੰ ਆਪਣੇ ਨਾਲ ਜੋੜਨ। ਭਾਜਪਾ ਦੇ ਕਾਰਜਕਰਤਾ ਤਾਂ ਜ਼ਰੂਰ ਉਹਨਾਂ ਦੇ ਨਾਲ ਜੁੜੇ ਨੇ, ਲੇਕਿਨ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਆਪਣੇ ਨਾਲ ਜੋੜਨ, ਨੌਜਵਾਨ ਪੀੜ੍ਹੀ ਨੂੰ ਆਪਣੇ ਨਾਲ ਜੋੜਨ, ਤਾਂ ਕਿ ਦੇਸ਼ ਦੇ ਜਿਹੜੇ ਦੇਸ਼ ਦੀ ਆਜ਼ਾਦੀ ਵਾਸਤੇ ਜਿਹੜੇ ਕੁਰਬਾਨ ਹੋਏ ਨੇ, ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਦੇ ਜਿਹੜਾ ਜੀਵਨ ਆ ਉਹਦੇ ਨਾਲ ਉਹਨਾਂ ਨੂੰ ਰੂਬਰੂ ਕਰਾਇਆ ਜਾਵੇ, ਤਾਂ ਕਿ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਦੇਸ਼ ਦੇ ਪ੍ਰਤੀ ਜਿਹੜੀ ਭਾਵਨਾ, ਦੇਸ਼ ਦੇ ਪ੍ਰਤੀ ਪਿਆਰ ਜਿਹੜਾ ਉਹ ਜਾਗ੍ਰਿਤ ਹੋ ਸਕੇ। ਗੁਰਪ੍ਰੀਤ ਜੀ, ਰਾਜਨ, ਤੇ ਬੀਜੇਪੀ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ? ਕਿ ਸਕੂਲੀ ਬੱਚੇ ਵੀ ਇਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਾਂ ਸਿਰਫ ਜਿਹੜੇ ਆਗੂ ਹੀ ਨੇ ਉਹੀ ਸ਼ਾਮਲ ਹੋਣਗੇ? ਜੀ ਬੀਜੇਪੀ ਵੱਲੋਂ ਜਿਹੜਾ ਹੈ ਹਰ ਇੱਕ ਵਰਗ ਨੂੰ ਜਿਹੜਾ ਇਹਦੇ ਵਿੱਚ ਆਮੰਤ੍ਰਿਤ ਕੀਤਾ ਗਿਆ। ਹਾਲਾਂਕਿ ਸਕੂਲੀ ਬੱਚੇ ਜਿਹੜੇ ਨੇ ਉਹ ਇਸ ਯਾਤਰਾ ਦੇ ਵਿੱਚ ਸ਼ਾਮਲ ਤਾਂ ਨਹੀਂ ਹੋਣਗੇ, ਲੇਕਿਨ ਜਿਹੜੇ ਹਰ ਵਰਗ ਜਿਹੜਾ, ਚਾਹੇ ਉਹ ਨੌਜਵਾਨ ਵਰਗ ਹੈ, ਬਜ਼ੁਰਗ ਨੇ ਜਾਂ ਵਪਾਰੀ ਨੇ ਜਾਂ ਕੋਈ ਕੰਮ ਕਾਜ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਹੋਣ ਲਈ ਨਿਮੰਤਰਣ ਦਿੱਤਾ ਗਿਆ। ਔਰ ਬੀਜੇਪੀ ਦੇ ਕਾਰਜਕਰਤਾ ਤਾਂ ਹੋਣਗੇ ਹੋਣਗੇ, ਲੇਕਿਨ ਉਹਦੇ ਨਾਲ ਨਾਲ ਹਰ ਸਮੂਹ ਜਿਹੜਾ, ਹਰ ਸਮੁਦਾਇ ਜਿਹੜਾ, ਉਹਨੂੰ ਵੀ ਆਪਣੇ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ਾਂ ਅੱਜ ਤਿਰੰਗਾ ਯਾਤਰਾ ਦੇ ਨਾਲ ਦੁਆਰਾ ਜਿਹੜੀ ਆ ਉਹ ਕੀਤੀ ਜਾਏ। ਜੀ ਰਾਜਨ, ਬਹੁਤ ਬਹੁਤ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ। ਸੋ ਬੀਜੇਪੀ ਦੇ ਵੱਲੋਂ ਦੀ ਦੇਸ਼ ਭਰ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਇਸ ਦਾ ਮਕਸਦ ਇੱਕੋ ਇੱਕ ਹੈ, ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗਰਤ ਕਰਨਾ। 23 ਅਗਸਤ ਤੱਕ ਪੂਰੇ ਦੇਸ਼ ਦੇ ਵਿੱਚ ਇਹ ਤਿਰੰਗਾ ਯਾਤਰਾਵਾਂ
ਘਟੀਆਂ ਜਾ ਰਹੀਆਂ ਨੇ। ਰੁੱਖ ਅਗਲੀ ਖਬਰ ਦਾ ਕਰਦੇ ਹਾਂ। ਪੰਜਾਬ ਵਿੱਚ ਲੋਕਾਂ ਨੂੰ ਹੁਣ ਆਪਣੇ ਸਰਕਾਰੀ ਕੰਮਾਂ ਦੇ ਲਈ ਆਪਣੇ ਘਰ ਤੋਂ ਵੱਧ 5 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਨੀ ਹੋਵੇਗੀ। ਪੰਜਾਬ ਸਰਕਾਰ ਲੋਕਾਂ ਨੂੰ ਸਹੂਲਤ ਦੇਣ ਦੇ ਮਕਸਦ ਨਾਲ ਪੂਰੇ ਸੂਬੇ ਵਿੱਚ ਸੇਵਾ ਕੇਂਦਰ ਖੋਲ੍ਹ ਰਹੀ ਹੈ। ਜਲੰਧਰ 'ਚ ਸੇਵਾ ਕੇਂਦਰ ਦਾ ਉਦਘਾਟਨ ਕਰਨ ਪਹੁੰਚੇ ਨੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ। ਮੁੱਖ ਮੰਤਰੀ ਬਾਦਲ ਨੇ ਸ਼ਹਿਰ ਦੇ ਲੰਬਾ ਪਿੰਡ ਚੌਂਕ 'ਤੇ ਸੇਵਾ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸੇਵਾ ਕੇਂਦਰ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਜਿੱਥੇ ਹਰ ਤਰ੍ਹਾਂ ਦੇ ਪ੍ਰਸ਼ਾਸਨਿਕ ਕੰਮਾਂ ਵਿੱਚੋਂ ਵੱਡੀ ਸਹੂਲਤ ਮਿਲੇਗੀ, ਉੱਥੇ ਪ੍ਰਸ਼ਾਸਨਿਕ ਕੰਮ ਵਿੱਚ ਵੀ ਤੇਜ਼ੀ ਆਵੇਗੀ। ਸੇਵਾ ਕੇਂਦਰ ਸ਼ੁਰੂ ਹੋ ਗਿਆ ਹੈ, ਇਹਦੇ ਨਾਲ ਜਨਤਾ ਦੀ ਕੋਈ ਵੀ ਲੋੜ ਹੋ, ਦੂਸਰੇ ਦਫ਼ਤਰਾਂ ਜਾਣ ਨਾਲੋਂ ਸਾਰੀਆਂ ਸਹੂਲਤਾਂ ਇੱਥੇ ਸਭ ਨੂੰ ਮਿਲਣਗੀਆਂ। ਉਧਰ ਪਠਾਨਕੋਟ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਪ ਮੁੱਖ ਮੰਤਰੀ ਵੱਲੋਂ ਕੁੱਲ 5 ਨਵੇਂ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਗਏ ਤੇ ਉਹਨਾਂ ਨੇ ਸੇਵਾ ਕੇਂਦਰਾਂ ਨੂੰ ਲੋਕਾਂ ਨੂੰ ਪ੍ਰਸ਼ਾਸਨਿਕ ਢਾਂਚੇ ਨਾਲ ਜੋੜਨ ਵਾਲੀ ਇੱਕ ਅਹਿਮ ਘੜੀ ਦੱਸਿਆ। 1 ਮਹੀਨੇ ਬਾਅਦ ਜਾਂ ਹੁਣ ਸ਼ਹਿਰ ਵਿੱਚ ਕਿਸੇ ਆਪਣੇ ਸਿਟੀਜ਼ਨ ਨੂੰ ਕਿਸੇ ਸਰਕਾਰੀ ਦਫ਼ਤਰ ਜਾਣ ਦੀ ਲੋੜ ਨਹੀਂ ਪੈਣੀ, ਸਾਰੇ ਹੀ ਕੰਮ ਇੱਥੇ ਹੀ ਹੋ ਜਾਣਗੇ। ਉੱਥੇ ਲੁਧਿਆਣਾ ਵਿੱਚ ਭਗਤ ਚੁੰਨੀ ਲਾਲ ਨੇ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਤੇ ਮੋਹਾਲੀ 'ਚ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਸੇਵਾ ਕੇਂਦਰ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਨੂੰ ਉੱਚ ਪੱਧਰੀ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਅਸੀਂ ਲਗਭਗ ਬਹੁਤ ਸਾਰੀਆਂ ਸਰਵਿਸਿਸ ਔਨਲਾਈਨ ਕਰ ਦਿੱਤੀਆਂ, ਕੁਝ ਫਿਰ ਵੀ ਹੈ ਜਿਹਦੇ ਵਿੱਚ ਕਿ ਲੋਕਾਂ ਨੂੰ ਅਪਲਾਈ ਕਰਨਾ ਪਵੇਗਾ। ਮੈਨੂੰ ਉਮੀਦ ਹੈ ਕਿ ਇਹਦੇ ਨਾਲ ਜਿਹੜਾ ਲੋਕਾਂ ਨੂੰ ਜਾ ਕੇ ਥਾਂ ਥਾਂ 'ਤੇ ਵਨ ਆਫ ਆਫਿਸ ਟੂ ਅਨਦਰ ਘੁੰਮਣਾ ਪੈਂਦਾ ਸੀ, ਇੱਕ ਥਾਂ 'ਤੇ ਆਪਣੀ ਐਪਲੀਕੇਸ਼ਨ ਦੇ ਕੇ ਰਜਿਸਟਰੇਸ਼ਨ ਹੋਣ ਤੋਂ ਬਾਅਦ ਇਨ ਟਾਈਮ ਇਹ ਬੱਚੇ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਉਹ ਸਰਵਿਸ ਦੇਣਗੇ, ਔਰ ਲੋਕਾਂ ਨੂੰ ਹੈਰਸਮੈਂਟ ਤੋਂ ਬੱਚਤ ਹੋਏਗੀ, ਟਾਈਮ ਦੀ ਬੱਚਤ ਹੋਏਗੀ। ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ 2000 ਦੇ ਕਰੀਬ ਸੇਵਾ ਕੇਂਦਰ ਖੋਲ੍ਹ ਕੰਮ ਕਾਜ ਲਈ ਲੋਕਾਂ ਦੀ ਹੁੰਦੀ ਖੱਜਲ ਖੁਆਰੀ ਨੂੰ ਦੂਰ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ, ਪਰ ਵੇਖਣਾ ਸੇਵਾ ਕੇਂਦਰ ਲੋਕਾਂ ਦੀ ਅਸਲ ਸੇਵਾ ਕਰਨ 'ਚ ਕਿਸ ਹੱਦ ਤੱਕ ਕਾਮਯਾਬ ਹੁੰਦੇ ਨੇ। ਜਲੰਧਰ ਤੋਂ ਰਾਜੀਵ ਵਧਵਾ, ਪਠਾਨਕੋਟ ਤੋਂ ਅਜੇ ਮਹਾਜਨ ਦੇ ਨਾਲ ਰਵਿੰਦਰ ਸਿੰਘ, ਜ਼ੀ ਮੀਡੀਆ, ਮੋਹਾਲੀ। ਰੁੱਖ ਅਗਲੀ ਖਬਰ ਦਾ ਕਰਦੇ ਹਾਂ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਆਮ ਆਦਮੀ ਪਾਰਟੀ ਤੇ ਵਿਦੇਸ਼ੀ ਫੰਡਿੰਗ ਲਈ ਦਿੱਤੇ ਬਿਆਨ ਤੇ ਸਿਆਸਤ ਪੱਕੀ ਹੈ। ਅਕਾਲੀ ਦਲ ਤੋਂ ਬਾਅਦ ਹੁਣ ਕਾਂਗਰਸ ਵੀ ਇਸ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ। ਪੰਜਾਬ ਦੇ ਡਿਪਟੀ ਸੀਐਮ ਸਰਦਾਰ ਸੁਖਬੀਰ ਸਿੰਘ ਬਾਦਲ ਕਹਿ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਦੇ ਰੈਡੀਕਲ ਜਥੇਬੰਦੀਆਂ ਦੇ ਨਾਲ ਸੰਬੰਧ ਨੇ। ਇਸ ਬਿਆਨ ਉੱਤੇ ਖੁਦ ਆਮ ਆਦਮੀ ਪਾਰਟੀ ਸੁਖਬੀਰ ਸਿੰਘ ਬਾਦਲ ਨੂੰ ਸਬੂਤ ਪੇਸ਼ ਕਰਨ ਦੀ ਚੁਣੌਤੀ ਦੇ ਚੁੱਕੀ ਹੈ। ਉੱਥੇ ਪੰਜਾਬ ਕਾਂਗਰਸ ਦੇ ਕੈਪਟਨ ਨੇ ਵੀ ਗੁਗਲੀ ਸੁੱਟ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਕਿ ਰੈਡੀਕਲ ਗੁੱਟਾਂ ਦੇ ਨਾਲ ਸੰਬੰਧ ਹੋਣਾ ਗਲਤ ਹੈ ਅਤੇ ਜੇਕਰ ਸਰਕਾਰ ਕੋਲ ਸਬੂਤ ਨੇ ਤਾਂ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਬੜਾ ਡੇਂਜਰਸ ਕੰਮ ਹੈ ਸਾਡੇ ਸੂਬੇ ਵਾਸਤੇ ਵੀ ਔਰ ਦੇਸ਼ ਵਾਸਤੇ। ਸੋ ਅਗਰ ਇਹਦੇ 'ਚ ਉਹਨਾਂ ਦੇ ਕੋਲ ਕੋਈ ਐਵੀਡੈਂਸ ਹੈ ਤਾਂ ਲੋਕਾਂ ਦੇ ਸਾਹਮਣੇ ਰੱਖੋ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਉੱਤੇ ਲੈਣਾ ਨਹੀਂ ਭੁੱਲੇ। ਕੈਪਟਨ ਨੇ ਕਿਹਾ ਕਿ ਜੇਕਰ ਕੇਜਰੀਵਾਲ ਪੰਜਾਬ ਆ ਕੇ ਚੋਣ ਲੜਦੇ ਨੇ ਤਾਂ ਉਸੇ ਸੀਟ ਉੱਤੇ ਖੁਦ ਵੀ ਚੋਣ ਲੜਨਗੇ। ਕੈਪਟਨ ਅਮਰਿੰਦਰ ਸਿੰਘ ਨਵਾਂ ਸ਼ਹਿਰ ਵਿੱਚ ਹਲਕੇ ਵਿੱਚ ਕੈਪਟਨ ਪ੍ਰੋਗਰਾਮ ਦੇ ਦੌਰਾਨ ਵਰਕਰਾਂ ਅਤੇ ਆਮ ਲੋਕਾਂ ਦੇ ਮੁਖਾਤਿਬ ਹੋ ਰਹੇ ਸਨ। ਇਸ ਦੌਰਾਨ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਬਿਊਰੋ ਰਿਪੋਰਟ, ਜ਼ੀ ਮੀਡੀਆ, ਨਵਾਂ ਸ਼ਹਿਰ।
ਅਗਲੀ ਖਬਰ ਵੀ ਕਾਂਗਰਸ ਦੇ ਨਾਲ ਜੁੜੀ ਹੋਈ ਹੈ। ਪੰਜਾਬ ਕਾਂਗਰਸ ਦੇ ਹੋਰ ਆਗੂਆਂ ਦੇ ਨਾਲ ਸੂਬਾ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਵੀ ਕਾਂਗਰਸ ਦੇ ਪ੍ਰਚਾਰ ਵਿੱਚ ਕਮਰ ਕਸੀ ਹੋਈ ਹੈ। ਆਸ਼ਾ ਕੁਮਾਰੀ ਨੇ ਕਿਹਾ ਕਿ ਕਾਂਗਰਸ ਦੇ ਗੜ੍ਹ ਮੰਨੇ ਜਾਣ ਵਾਲੇ ਜਲੰਧਰ ਵਿੱਚ ਆਖਰ ਕਾਂਗਰਸ ਕਿਉਂ ਹਾਰੀ, ਉਹ ਇਸ ਦੀ ਪੜਚੋਲ ਕਰਨ ਲਈ ਪਹੁੰਚੇ ਨੇ। 2012 ਤੱਕ ਜਲੰਧਰ ਹਲਕੇ ਵਿੱਚ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ, ਪਰ 2012 ਵਿੱਚ ਅਕਾਲੀ ਬੀਜੇਪੀ ਗਠਜੋੜ ਨੇ ਇੱਥੋਂ ਦੀਆਂ 9 ਸੀਟਾਂ ਤੇ ਕਬਜ਼ਾ ਕਰ ਲਿਆ। ਕਾਂਗਰਸ ਨੇ ਆਪਣੀ ਗੜ੍ਹ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਲਈ ਕਮਰ ਕੱਸ ਲਈ ਹੈ। ਸੂਬਾ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਪਾਰਟੀ ਵਰਕਰਾਂ ਦੇ ਨਾਲ ਮਿਲ ਕੇ ਕਿਹਾ ਕਿ ਉਹ ਇਸ ਦੀ ਪੜਚੋਲ ਕਰਨ ਆਏ ਨੇ ਕਿ ਆਖਿਰ ਕਿਉਂ 2012 ਵਿੱਚ ਕਾਂਗਰਸ ਦੇ ਗੜ੍ਹ ਦੇ ਵਿੱਚ ਸੰਨ ਲੱਗੀ ਸੀ। मैं इसलिए आई हूँ कि मैं आपसे सीखना चाहती हूँ कि क्या कारण रहा कि पिछले चुनाव में जलंधर से 9 सीटों में से हम एक भी सीट नहीं जीत पाए। ਜਲੰਧਰ ਫੇਰੀ ਦੌਰਾਨ ਆਸ਼ਾ ਕੁਮਾਰੀ ਜਲੰਧਰ ਦੇ ਦਿਹਾਤੀ ਅਤੇ ਸ਼ਹਿਰੀ ਆਗੂਆਂ ਦੇ ਨਾਲ ਮਿਲੇ ਅਤੇ ਕਾਂਗਰਸ ਦੀ ਕੇਂਦਰੀ ਟੀਮ ਵੱਲੋਂ ਇਸ ਵਾਰ ਕਾਂਗਰਸ ਦੇ ਪ੍ਰਚਾਰ ਲਈ ਵੱਖ-ਵੱਖ ਟੀਮਾਂ ਬਣਾਈਆਂ ਨੇ। ਕਾਂਗਰਸ ਦੀ ਸੀਨੀਅਰ ਆਗੂ ਰਜਿੰਦਰ ਕੌਰ ਪਟਲ ਅਤੇ ਮਨਪ੍ਰੀਤ ਬਾਦਲ ਲੋਕਾਂ ਨਾਲ ਮਿਲ ਕੇ ਮੈਨੀਫੈਸਟੋ ਤਿਆਰ ਕਰ ਰਹੇ ਨੇ, ਨਾਲ ਹੀ ਪਾਰਟੀ ਦਾ ਪ੍ਰਚਾਰ ਵੀ ਕਰ ਰਹੇ ਨੇ। ਉਧਰ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹਲਕੇ ਵਿੱਚ ਕੈਪਟਨ ਮੁਹਿੰਮ ਦੇ ਜ਼ਰੀਏ ਲੋਕਾਂ ਵਿੱਚ ਵਿਚਰ ਰਹੇ ਨੇ। ਰਾਜੀਵ ਵਧਵਾ, ਜ਼ੀ ਮੀਡੀਆ, ਜਲੰਧਰ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਵਾਰ ਵਿਡੋ ਨੂੰ ਉਹਨਾਂ ਦਾ ਹੱਕ ਜ਼ਰੂਰ ਮਿਲੇਗਾ। ਇਸ ਮਾਮਲੇ ਵਿੱਚ ਉਹਨਾਂ ਫਾਈਨਾਂਸ ਸਕੱਤਰ ਨੂੰ ਜ਼ਮੀਨਾਂ ਲੱਭਣ ਦੇ ਹੁਕਮ ਜਾਰੀ ਕਰ ਦਿੱਤੇ ਨੇ। ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਸਾਬਕਾ ਫੌਜੀਆਂ ਦੇ ਹੱਕ ਦੀ ਆਵਾਜ਼ ਜ਼ੋਰ ਸ਼ੋਰ ਨਾਲ ਚੁੱਕੀ ਸੀ। ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਸ਼ਹੀਦਾਂ ਦੇ ਹੱਕਾਂ ਦਾ ਮੁੱਦਾ ਚੁੱਕਣ ਤੋਂ ਬਾਅਦ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀਰਵਾਰ ਨੂੰ ਮਿਲੇ ਮੁੱਖ ਮੰਤਰੀ ਵੱਲੋਂ ਭਰੋਸੇ ਤੇ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਫਾਈਨਾਂਸ ਸਕੱਤਰ ਨੂੰ ਜ਼ਮੀਨ ਲੱਭਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹਨਾਂ ਦਾ ਬਣਦਾ ਹੱਕ ਜ਼ਰੂਰ ਮਿਲੇਗਾ। ਉਹਨਾਂ ਦਾ ਡੈਪੂਟੇਸ਼ਨ ਆਇਆ ਸੀ ਅਗਲੇ ਦਿਨ ਮੇਰੇ ਕੋਲ, ਅਤੇ ਉਹਨਾਂ ਦੀ ਗੱਲਾਂ ਜਾਇਜ਼ ਸਨ। ਉਹਨਾਂ ਨੂੰ 10-10 ਏਕੜ ਜ਼ਮੀਨ ਜਿਹੜਾ ਕਾਨੂੰਨ ਹੈ ਉਹਦੇ ਹਿਸਾਬ 'ਤੇ ਨਹੀਂ ਹੈ, ਉਹ ਫਾਈਨੈਂਸ਼ੀਅਲ ਕਮਿਸ਼ਨਰ ਸਾਹਿਬ ਇੱਕ ਭਾਰਤੀ ਹੈ, ਜ਼ਮੀਨ ਕਿੱਥੇ ਕਿੱਥੇ ਹੈ। ਫਿਰ ਉਹਨਾਂ ਦਾ ਡਰਾਫਟ ਖਿੱਚ ਕੇ, ਕਿਉਂਕਿ ਕੋਈ ਅੱਖ ਮੈਨੂੰ ਇੱਥੇ ਦਿਓ ਜੀ, ਕੋਈ ਇੱਥੇ, ਜੇ ਉਹ ਲਿਸਟ ਬਣਾ ਲਾਂਗੇ ਜ਼ਮੀਨ ਜਿਹੜੀ ਅਵੇਲੇਬਲ ਹੋਊਗੀ, ਅਤੇ ਫਿਰ ਡਰਾਫਟ ਲਾਟ ਨਾਲ ਬਣਦੇ। ਤਾਂ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਤੇ ਸਰਕਾਰ ਵੱਲੋਂ ਅਮਲ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸ਼ਹੀਦਾਂ ਵੱਲੋਂ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਤੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਲਾਕਾਤ ਲਈ ਸੱਦਿਆ ਸੀ ਅਤੇ 1 ਮਹੀਨੇ 'ਚ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਰਾਜੀਵ ਵਧਵਾ। ਸੋ ਜ਼ੀ ਪੰਜਾਬ ਹਰਿਆਣਾ ਹਿਮਾਚਲ ਸਾਬਕਾ ਫੌਜੀਆਂ ਦੇ ਹੱਕ ਦੀ ਆਵਾਜ਼ ਬਣਿਆ ਅਤੇ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਅਤੇ ਹੁਣ ਕਾਰਵਾਈ ਸ਼ੁਰੂ ਹੋਈ ਹੈ। ਸਿਰਫ਼ ਸਾਬਕਾ ਫੌਜੀ ਨਹੀਂ, ਕੁਝ ਹੋਰ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਹਾਂ ਜਿਨ੍ਹਾਂ ਦੇ ਵਿੱਚ ਜ਼ੀ ਪੰਜਾਬ ਹਰਿਆਣਾ ਹਿਮਾਚਲ ਲੋਕਾਂ ਦੇ ਹੱਕ ਦੀ ਆਵਾਜ਼ ਬਣਿਆ। ਜੇ ਗੱਲ ਕਿਸਾਨਾਂ ਦੀ ਕਰੀਏ ਤਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਹਮੇਸ਼ਾ ਕਿਸਾਨਾਂ ਦੀ ਆਵਾਜ਼ ਬਣਿਆ, ਹਮੇਸ਼ਾ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ, ਉਹਨਾਂ ਦੀਆਂ ਮੰਗਾਂ ਨੂੰ ਅਸੀਂ ਪ੍ਰਮੁੱਖਤਾ ਦੇ ਨਾਲ ਦਿਖਾਇਆ। 8 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਸਮੇਂ-ਸਮੇਂ ਤੇ ਕਿਸਾਨਾਂ ਨਾਲ ਜੁੜੇ ਮੁੱਦਿਆਂ ਨੂੰ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਚੁੱਕਿਆ ਗਿਆ। ਪਹਿਲੀ ਤਸਵੀਰ ਚਿੱਟੀ ਮੱਖੀ ਤੋਂ ਪਰੇਸ਼ਾਨ ਹੋਏ ਕਿਸਾਨਾਂ ਦੀ ਹੈ। ਚਿੱਟੀ ਮੱਖੀ ਨੇ ਫਸਲ ਨੂੰ ਨੁਕਸਾਨ ਪਹੁੰਚਾਇਆ ਤਾਂ ਕਿਸਾਨਾਂ ਦੀ ਹਰ ਮੁਸ਼ਕਲ ਨੂੰ ਹਾਕਮ ਧਿਰ ਤੱਕ ਪਹੁੰਚਾਇਆ। ਦੂਜੀ ਤਸਵੀਰ ਨਹਿਰ 'ਚ ਮਿਲੇ ਜ਼ਹਿਰ ਦੀ ਹੈ। ਨਹਿਰ 'ਚੋਂ ਦਵਾਈਆਂ ਬਰਾਮਦ ਹੋਈਆਂ ਤਾਂ ਗਰਾਊਂਡ ਜ਼ੀਰੋ ਤੋਂ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਈ।
ਕਰਜ਼ਈ ਕਿਸਾਨਾਂ ਦੀਆਂ ਤਸਵੀਰਾਂ ਮਾਨਸਾ 'ਚ ਇੱਕ ਬੈਂਕ ਵੱਲੋਂ ਲਗਾਈਆਂ ਗਈਆਂ ਤਾਂ ਸਾਡੇ ਵੱਲੋਂ ਖਬਰ ਨਸ਼ਰ ਹੋਣ ਤੋਂ ਬਾਅਦ ਬੈਂਕ ਨੂੰ ਤਸਵੀਰਾਂ ਹਟਾਉਣ 'ਤੇ ਮਜਬੂਰ ਹੋਣਾ ਪਿਆ। ਉੱਧਰ ਤਰਨ ਤਾਰਨ ਦੇ ਕਰਜ਼ੇ ਤੋਂ ਸਤਾਏ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਹਰ ਖਬਰ ਅਸੀਂ ਪੂਰੀ ਸੰਜੀਦਗੀ ਨਾਲ ਨਸ਼ਰ ਕੀਤੀ, ਜਿਸ 'ਤੇ ਸਰਕਾਰ ਦੇ ਵੱਲੋਂ ਵੀ ਸੰਜੀਦਗੀ ਦਿਖਾਉਂਦੇ ਹੋਏ ਕਾਰਵਾਈ ਸ਼ੁਰੂ ਕੀਤੀ ਗਈ। ਬਠਿੰਡਾ 'ਚ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਰਜਬਾਹਾ ਟੁੱਟਿਆ ਤਾਂ ਉਹ ਖਬਰ ਵੀ ਪ੍ਰਮੁੱਖਤਾ ਨਾਲ ਅਸੀਂ ਦਿਖਾਈ। ਮੌਸਮ ਦੀ ਮਾਰ ਪਈ ਤਾਂ ਫਸਲਾਂ ਦੀ ਹਾਲਤ ਦੀ ਹਰ ਤਸਵੀਰ ਤੁਹਾਡੇ ਸਾਹਮਣੇ ਰੱਖੀ ਅਤੇ ਪ੍ਰਸ਼ਾਸਨ ਤੱਕ ਵੀ ਪਹੁੰਚਾਈ। ਫਾਜ਼ਿਲਕਾ 'ਚ ਕਿਸਾਨਾਂ ਨੂੰ ਪਾਣੀ ਨਾ ਮਿਲਣ ਦੀਆਂ ਸਮੱਸਿਆਵਾਂ ਵੀ ਅਸੀਂ ਨਸ਼ਰ ਕੀਤੀ। ਇਸੇ ਤਰ੍ਹਾਂ ਲੁਧਿਆਣਾ 'ਚ ਵੀ ਮੌਸਮ ਦੀ ਮਾਰ ਨਾਲ ਫਸਲ ਦੇ ਖਰਾਬੇ ਦੀ ਤਸਵੀਰ ਅਸੀਂ ਤੁਹਾਡੇ ਸਾਹਮਣੇ ਰੱਖੀ ਸੀ।